ਜਿਹੜੇ ਬੱਚੇ ਨੂੰ ਸਤਿਗੁਰੂ ਪਿਆਰ ਕਰਦੇ ਨੇ ਨਾ, ਜਿਵੇਂ ਪਿਤਾ ਪਿਆਰ ਕਰਦਾ, ਮਾਂ ਪਿਆਰ ਕਰਦੀ, ਉਹਨੂੰ ਹਰ ਵੇਲੇ ਗਲ ਨਾਲ ਲਾ ਕੇ ਰੱਖਦੇ, ਨੇੜੇ ਰੱਖਦੇ ਨੇ। ਅਤੇ ਜਿਹੜੇ ਦੂਜਾ ਬੱਚਾ ਇਹੋ ਜਿਹਾ ਹੁੰਦਾ, ਸਿਆਣਾ ਹੁੰਦਾ ਅਤੇ ਮਾਂ ਦਾ ਬਹੁਤਾ ਲਾਡਲਾ ਨਹੀਂ ਹੁੰਦਾ ਨਾ, ਉਹਨੂੰ ਫਿਰ ਖਿਡੌਣੇ ਦੇ ਕੇ ਨਾ ਮਾਂ ਆਪ ਕੰਮ ਲੱਗੀ ਰਹਿੰਦੀ, ਉਹਨੂੰ ਖਿਡੌਣਿਆਂ ਨਾਲ ਖੇਡਣ ਦਿੰਦੀ। ਅਤੇ ਮੇਰੇ ਮਨ ਦੇ ਵਿੱਚ ਇਹ ਖਿਆਲ ਚੱਲਦਾ ਸੀ, ਮੈਂ ਮਹਾਰਾਜ ਦੀ ਹਜ਼ੂਰੀ 'ਚ ਮੈਨੂੰ ਮੇਰਾ ਜਵਾਬ ਮਿਲਿਆ। ਸਾਨੂੰ ਤਕਰੀਬਨ ਕੁਝ ਕੁ ਸਮੇਂ ਤੋਂ ਨਾ ਬੜਾ ਰੁਝਾਨ ਹੈ ਸਾਡੇ ਪ੍ਰਚਾਰਕ ਸ਼੍ਰੇਣੀ ਦਾ ਵਿਦੇਸ਼ਾਂ ਦੇ ਵਿੱਚ ਸੈਟਲ ਹੋਣ ਦਾ, ਮੇਰਾ ਵੀ ਹੈ ਜੀ, ਐਵੇਂ ਮੈਂ ਆਖਾਂ। ਪਰ ਹਾਂ, ਇੱਕ ਸੱਚ ਦੀ ਗੱਲ ਇਹ ਹੈ, ਅਸੀਂ ਛੱਡਿਆ ਸੀ ਤਾਂ ਕਿਸੇ ਮਹਾਂਪੁਰਖਾਂ ਦੇ ਬੋਲ ਸਨ ਵੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਗੋਦੀ ਦੇ ਵਿੱਚੋਂ ਉਠਾਉਂਦੇ ਨੇ ਨਾ ਜੀ, ਅਤੇ ਫਿਰ ਉਹ ਵਨ ਸੋਨੇ ਲਾਲਚ ਮਿਲਦੇ ਨੇ। ਅਤੇ ਇੱਥੇ ਜਿਵੇਂ ਸਾਰੇ ਪਿਆਰ ਨਾਲ ਆਉਂਦੇ ਨੇ, ਅਤੇ ਉਸ ਗੱਲ ਦੇ ਵਿੱਚੋਂ ਮਸਕੀਨ ਸਾਹਿਬ ਦੇ ਉਸ ਬਚਨ ਦੇ ਵਿੱਚੋਂ ਜਵਾਬ ਮਿਲ ਗਿਆ ਵੀ ਸਤਿਗੁਰੂ ਸਾਹਿਬ ਜੀ ਜਦੋਂ ਲਾਡ ਲਡਾਉਂਦੇ ਨੇ ਨਾ, ਫਿਰ ਆਪਣੀ ਗੱਲ ਬੱਕਰੀ ਦਾ ਗੋਦੀ ਦਾ ਨਿੱਘ ਬਖਸ਼ਦੇ ਹੋਣ ਅਤੇ ਉਹਨੂੰ ਨੇੜੇ ਲਾ ਕੇ ਰੱਖ ਦਿੰਦੇ, ਅਤੇ ਬਾਕੀ ਜੇ ਸਤਿਗੁਰੂ ਨਾ ਭਾਵੇ ਨਾ, ਸਤਿਗੁਰ ਚਾਹੁਣ ਵੀ ਹਾਂ ਤੂੰ, ਫਿਰ ਵੰਨ ਸੁਵੰਨੇ ਲਾਲਚ ਅਮਰੀਕਾ ਕਨੇਡਾ ਦਾ ਲਾਲਚ ਲੈ ਕੇ ਸਤਿਗੁਰੂ ਗੋਦੀ 'ਚ ਉਠਾ ਦਿੰਦੇ। ਅਤੇ ਅਸੀਂ ਸਮਝਦੇ ਹਾਂ ਵੀ ਉਹ ਖਿਡੌਣੇ ਸੋਹਣੇ ਨੇ, ਪਰ ਗੋਦੀ ਦੀ ਗਰੀਬ ਨਿਵਾਜੀ ਵੱਡੀ ਹੈ ਜੀ, ਅਤੇ ਆਪ ਜੀ ਨੇ ਗਰੀਬ ਨਿਵਾਜੀ ਕੀਤੀ। ਮੈਨੂੰ ਵੀਰ ਜੀ ਨੇ